ਜਿੰਨੇ ਵੀ ਕਿਸਾਨ ਆਗੂ ਸਾਨੂੰ ਲੋਕਲ ਮਿਲਦੇ ਆ, ਹਮੇਸ਼ਾ ਅਸੀਂ ਇਹ ਸਮਝ ਕੇ ਆਪਣੇ ਬਜ਼ੁਰਗਾਂ ਦੀ ਸ਼ਕਲ ਨਜ਼ਰ ਆਉਂਦੀ ਹੈ ਉਹਨਾਂ ਵਿੱਚੋਂ, ਮੈਨੂੰ ਆਪਣੇ ਦਾਦਾ ਜੀ ਨਜ਼ਰ ਆਉਂਦੇ ਆ, ਆਪਣੇ ਪਿਤਾ ਜੀ ਨਜ਼ਰ ਆਉਂਦੇ ਰਹੇ ਹੈਗੇ ਨੇ, ਹਮੇਸ਼ਾ ਸਤਿਕਾਰ ਦੇਣ ਦੀ ਕੋਸ਼ਿਸ਼ ਕੀਤੀ ਹੈ। ਇਹ ਵੀ ਗੱਲ ਮੈਂ ਸਪਸ਼ਟ ਕਰਨੀ ਚਾਹੁੰਦਾ ਕਿ ਜਿਹੜਾ ਪ੍ਰੋਗਰਾਮ ਸੀਗਾ ਖੱਟਰ ਸਾਹਿਬ ਨੂੰ ਨਾ ਬੁਲਾਇਆ ਗਿਆ ਨਾ ਇਨਵਾਈਟ ਕੀਤਾ ਗਿਆ, ਰਾਜਨਾਥ ਜੀ ਦੇ ਆਉਣ ਦਾ ਪ੍ਰੋਗਰਾਮ ਸੀਗਾ। ਉਹ ਪ੍ਰੋਗਰਾਮ ਵੀ ਡਿਫੈਂਸ ਦਾ ਪ੍ਰੋਗਰਾਮ ਸੀ, ਕਿਉਂਕਿ ਮੈਂ ਦੱਸਣਾ ਜ਼ਰੂਰੀ ਸਮਝਦਾ, ਅਸੀਂ ਇੱਕ ਸੈਟੇਲਾਈਟ ਸੈਂਟਰ ਜਿਹੜਾ ਸੀਗਾ, ਜਿਹੜੇ ਪੜ੍ਹੇ ਲਿਖੇ ਕਿਸਾਨ ਨੇ ਸਮਝਦੇ ਹੋਣਗੇ, ਪੰਜਾਬ ਦੇ ਵਿੱਚ ਪਹਿਲੀ ਵਾਰੀ ਇਸਟੈਬਲਿਸ਼ ਕਰਨ ਜਾ ਰਹੇ ਸੀ, ਕੋਈ 2.5 ਕਰੋੜ ਰੁਪਈਆ ਉੱਤੇ ਲਗਾਇਆ ਸੀ, ਜਿਸ ਤੋਂ ਸਾਰੀ ਜਿਹੜੀ ਸਾਡੀ ਧਰਤੀ ਦਾ ਪਾਣੀ ਘੱਟ ਰਿਹਾ ਜਾਂ ਸਾਡੀਆਂ ਫਸਲਾਂ ਦੇ ਹੋਰ ਇਸ਼ੂ ਨੇ, ਉਹਦੀ ਸੈਟੇਲਾਈਟ ਇਮੇਜਿਸ ਦੇ ਨਾਲ ਉਹਦੀ ਰੀਸਰਚ ਸ਼ੁਰੂ ਕਰਨੀ ਸੀ। ਉਹ ਡਿਫੈਂਸ ਨਾਲ ਰਿਲੇਟਡ ਸੀ, ਇਸ ਕਰਕੇ ਇਹ ਕਹਿ ਲਓ ਗੁਸਤਾਖੀ ਹੋ ਗਈ ਸਾਥੋਂ ਜਾਂ ਭੂਲ ਭੁਣੇ 'ਚ ਹੋ ਗਿਆ। ਕੋਈ ਮਨਸ਼ਾ ਕਿਸਾਨਾਂ ਦੇ ਹਿਰਦੇ ਨੂੰ ਠੇਸ ਪਹੁੰਚਾਉਣ ਦੀ ਕਦੇ ਵੀ ਨਹੀਂ ਹੋ ਸਕਦੀ, ਕਿਉਂਕਿ ਜਿਸ ਪਰਿਵਾਰ ਦੀਆਂ 2 ਪੀੜ੍ਹੀਆਂ, ਤੀਜੀ ਪੀੜ੍ਹੀ ਵੀ ਮੈਂ ਜ਼ਿਕਰ ਨਹੀਂ ਕੀਤਾ, ਮੇਰਾ ਛੋਟਾ ਭਰਾ ਫਰਮਾਨ ਸਿੰਘ, ਜਿਹੜੀਆਂ 32 ਜਥੇਬੰਦੀਆਂ ਨੇ ਉਹਨਾਂ ਵਿੱਚੋਂ ਇੱਕ ਵਿੱਚ, ਉਹ ਵੀ ਦਿੱਲੀ ਬੈਠੇ ਨੇ, ਸੇਵਾ ਕਰ ਰਿਹਾ, ਅੱਜ ਵੀ ਕਰ ਰਿਹਾ ਹੈਗਾ। ਮੈਨੂੰ ਉਸਦਾ ਵੀ ਫੋਨ ਆਇਆ ਸੀ, ਔਰ ਕੱਲ੍ਹ ਹੀ ਜਦੋਂ ਇਹ ਗੱਲ ਪਤਾ ਲੱਗੀ ਕਿ ਭਾਈ ਇਹ ਚੀਜ਼ ਦਾ ਇਤਰਾਜ਼ ਹੋ ਰਿਹਾ, ਮੈਂ ਕੱਲ੍ਹ ਹੀ ਰਾਜੇਵਾਲ ਸਾਹਿਬ ਨੂੰ ਫੋਨ ਕੀਤਾ, ਜਿਵੇਂ ਚਲਾਕੀ ਸਾਹਿਬ ਨੇ ਦੱਸਿਆ। ਮੈਨੂੰ ਪਤਾ ਲੱਗਿਆ ਕਿ ਉਹਦੇ ਭਰਾ ਦੀ ਦੁਖਦਾਈ ਮੌਤ ਵੀ ਹੋਈ ਹੈ, ਅਫਸੋਸ ਵੀ ਕਰਨਾ ਸੀ, ਔਰ ਉਹਨਾਂ ਨੇ ਮੈਨੂੰ ਕੱਲ੍ਹ ਦਾ ਸਮਾਂ ਵੀ ਦਿੱਤਾ, ਮੈਂ ਕੱਲ੍ਹ ਪਿੰਡ ਜਾ ਰਿਹਾ ਹੈਗਾ, ਮੇਰੇ ਬਜ਼ੁਰਗਾਂ ਦੀ ਥਾਂ ਤੁਸੀਂ ਵੀ ਸਾਰੇ ਬਜ਼ੁਰਗਾਂ ਦੀ ਥਾਂ ਹੋ। ਔਰ ਕੱਲ੍ਹ ਹੀ ਫੈਸਲਾ ਕਰ ਲਿਆ ਸੀਗਾ ਕਿ ਇਹ ਪ੍ਰੋਗਰਾਮ ਅਸੀਂ ਬਿਲਕੁਲ ਨਹੀਂ ਕਰਾਂਗੇ, ਜਿਸ ਦੇ ਨਾਲ ਕਿਸੇ ਤਰ੍ਹਾਂ ਦੀ ਭਾਵਨਾ ਨੂੰ ਠੇਸ ਪਹੁੰਚੇ। ਅਸੀਂ ਦੱਸਣ ਦੀ ਵੀ ਕੋਸ਼ਿਸ਼ ਕੀਤੀ ਕੁਝ ਸੀਨੀਅਰ ਕਿਸਾਨ ਆਗੂਆਂ ਨੂੰ, ਲੇਕਿਨ ਮੈਂ ਸਮਝਦਾ ਕਿ ਇਹ ਵੀ ਇੱਕ ਸਬੱਬ ਬਣਨਾ ਸੀ, ਤੁਹਾਡੇ ਇੱਥੇ ਚਰਨ ਪਏ ਆ, ਤੁਸੀਂ ਆਏ ਹੋ। ਮੈਂ ਆਪਣੇ ਸਾਥੀਆਂ ਨੂੰ ਵੀ ਬੇਨਤੀ ਕੀਤੀ ਸੀ ਕਿ ਜਿੰਨੀ ਕੁ ਸੇਵਾ ਹੋ ਸਕਦੀ ਹੈ ਜਲ ਪਾਣੀ ਦੀ, ਪ੍ਰਸ਼ਾਦੇ ਪਾਣੀ ਦੀ, ਅਸੀਂ ਕਰੀਏ, ਔਰ ਇੱਕ ਵਾਰ ਫਿਰ ਹੱਥ ਜੋੜ ਕੇ ਤੁਹਾਡੇ ਕੋਲੋਂ ਦਿਲ ਦੀਆਂ ਗਹਿਰਾਈਆਂ 'ਚ, ਕੋਈ ਬਨਾਉਟੀ ਨਹੀਂ ਹੈ ਇਹ, ਮੈਂ ਇਸ ਗੱਲ ਦੀ ਮਾਫ਼ੀ ਮੰਗਦਾ ਕਿ ਕਿਸੇ ਵੀ ਗੱਲ ਕਰਕੇ ਤੁਹਾਡੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ, ਤੁਹਾਨੂੰ ਖੇਚਲ ਕਰਨੀ ਪਈ, ਤੁਹਾਨੂੰ ਦਰਾਜ ਤੋਂ ਤੁਸੀਂ ਵੱਖ ਵੱਖ ਪਿੰਡਾਂ 'ਚੋਂ ਆਏ ਹੋ। ਤੋ ਮੈਂ ਹਮੇਸ਼ਾ ਇਸ ਗੱਲ ਦਾ ਅੱਗੇ ਵਾਸਤੇ ਵੀ ਖਿਆਲ ਰੱਖਾਂਗੇ ਕਿ ਕੋਈ, ਔਰ ਜੇ ਕੋਈ ਸਾਡੀ ਜਿੱਥੇ ਡਿਊਟੀ ਸਮਝਦੇ ਹੋ, ਕਿਉਂਕਿ ਅਸੀਂ ਸੰਸਥਾ ਦੇ ਵਿੱਚ ਵੀ ਸਾਰੇ ਕਿਸਾਨ ਹੀ ਜਿਹੜੇ ਹੈਗੇ ਨੇ, ਘਰਾਂ ਦੇ ਬੱਚੇ ਨੇ, ਅਸੀਂ ਸਾਰੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਆਹ ਟੋਲ ਪਲਾਜ਼ਾ 'ਤੇ ਧਰਨਾ ਲੱਗਿਆ ਹੋਇਆ, ਇੱਥੇ ਕੋਈ ਸੇਵਾ ਸਾਡੀ ਲਾਉਣੀ ਚਾਹੁੰਦੇ ਹੋ, ਕੋਈ ਵੀ ਸੇਵਾ ਕਿਸੇ ਤਰ੍ਹਾਂ ਦੀ ਚਾਹੁੰਦੇ ਹੋ, ਕੋਈ ਉਮੀਦ ਰੱਖ ਸਕਦੇ ਹੋ ਕਿ ਅਸੀਂ ਹਾਜ਼ਰ ਹਾਂ। ਇੰਨੇ ਸ਼ਬਦਾਂ ਨਾਲ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦੇ ਇੱਥੇ ਆਉਣ 'ਤੇ ਬਹੁਤ ਧੰਨਵਾਦ, ਤੁਸੀਂ ਆਏ ਔਰ ਮੇਰੇ ਸਿਰ 'ਤੇ ਹੱਥ ਰੱਖਿਆ, ਤੁਹਾਡਾ ਬਹੁਤ ਧੰਨਵਾਦ। ਸੰਯੁਕਤ ਕਿਸਾਨ ਮੋਰਚਾ।